ਰਾਮਾਨ ਦਾ ਚਨ ਚੜ ਆਇਆ ਏ ਹੁਣ ਵੇਖ ਮੈਂ ਪੜ ਕੇ ਪੂਰਾ ਤਾਇਓ ਮਹਾਮਿਨ ਦਸ਼ਾਨ ਮਨਾਇਆ ਏ ਅੱਜ ਪਾਕ ਬਤੂਲ ਦੀ ਝੋਲੀ ਵਿੱਚ ਨਦੀਆਂ ਦਾ ਮੋ ਸਨ ਆਇਆ ਏ ਨਦੀਆਂ ਦਾ ਮੋ ਕੁਲ ਨਬੀਆਂ ਦਾ ਜ਼ੈਨ ਆ ਗਏ ਸ਼ਾਹੇ ਕੋਨੇ ਨਾ ਗਏ ਕੁਲ ਨਬੀਆਂ ਦਾ ਜ਼ੈਨ ਆ ਗਏ ਸ਼ਾਹੇ ਕੋਨੇ ਨਾ ਗਏ ਅੱਜ ਪਾਕ ਅਲੀ ਦੇ ਘਰ ਮੇਰਾ ਪੀਰ ਹੁਸੈਨ ਆ ਗਏ ਸ਼ਾਬਾਸ਼ ਸਾਰੇ ਸਾਰੇ ਹੱਥ ਆ ਕੇ ਬੋਲੋ ਹੈਦਰੀ ਕੁਲ ਨਬੀਆਂ ਦਾ ਜ਼ੈਨ ਆ ਗਏ ਸ਼ਾਹੇ ਕੋਨੇ ਨਾ ਗਏ ਕੁਲ ਨਬੀਆਂ ਦਾ ਜ਼ੈਨ ਆ ਗਏ ਅਲੀ ਦੇ ਘਰ ਮੇਰਾ ਪੀਰ ਹੁਸੈਨ ਆ ਗਏ ਅੱਜ ਪਾਕ ਅਲੀ ਦੇ ਘਰ ਮੇਰਾ ਪੀਰ ਹੁਸੈਨ ਆ ਗਏ ਖੁਸ਼ੀਆਂ ਖੁਸ਼ੀਆਂ ਅੱਜ ਖੁਸ਼ੀਆਂ ਖੁਸ਼ੀਆਂ ਅੱਜ ਖੁਸ਼ੀਆਂ ਖੁਸ਼ੀਆਂ ਹਰ ਪਾਸੇ ਖੁਸ਼ੀਆਂ ਖੁਸ਼ੀਆਂ ਅੱਜ ਖੁਸ਼ੀਆਂ ਖੁਸ਼ੀਆਂ ਅੱਜ ਖੁਸ਼ੀਆਂ ਖੁਸ਼ੀਆਂ ਹਰ ਪਾਸੇ ਚੰਨਦਾਰਾ ਦਾ ਆ ਗਿਆ ਇਹਦਾ ਨੂਰ ਅੱਜ ਜਗ ਤੇ ਛਾ ਗਿਆ ਸਜ ਬੈਜ ਦੇ ਖੁੱਲ ਗਏ ਨੇ ਆਣ ਦਾ ਮੁੱਲ ਗਏ ਨੇ ਸਦ ਪੈਦ ਹੋਇਆ ਕਿਆ ਹੈ ਪੈ ਆਣ ਦਾ ਮੁੱਲ ਗਏ ਨੇ ਅੱਜ ਇਹਦੀ ਆਮਦ ਤੇ ਦਰ ਜਨਤ ਦੇ ਖੁੱਲ ਗਏ ਨੇ ਤੁਹਾਡੀ ਜਵਾਨੀ ਹੱਥ ਆ ਕੇ ਬੋਲੋ ਹੈਦਰੀ ਬਹੁਤ ਮਿਹਰਬਾਨੀ ਹੁਸੈਨ ਬਾਦਸ਼ਾਹ ਆਏ ਤੇ ਹੋਇਆ ਕਿਆ ਆਖਰੀ ਹਲਾਲੀ ਤੇ ਖਰਚੋ ਗਲ ਗਿਰ ਪਿਆ ਦਾ ਇਹ ਪਾਕ ਰਸੂਲ ਦੀ ਜਾਨੀ ਵੀ ਹੈ ਦਰ ਦੀ ਅੱਖ ਦਾ ਤਾਰਾ ਕੋਈ ਸਰਦਾ ਹੈ ਤਾ ਸਰ ਜਾਵੇ ਤੁਮਾਰ ਅਲੀ ਦਾ ਨਾਰਾ ਸਾਰੇ 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 ਬੋਲੋ ਹੈਦਰੀ ਇਹ ਪਾਕ ਰਸੂਲ ਦੀ ਜਾਨੀ ਵੀ ਹੈ ਦਰ ਦੀ ਅੱਖ ਦਾ ਤਾਰਾ ਕੋਈ ਸਰਦਾ ਹੈ ਤਾ ਸਰ ਜਾਵੇ ਤੁਮਾਰ ਅਲੀ ਦਾ ਨਾਰਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ ਮੌਲਾ ਅਲੀ 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 ਮੌਲਾ ਸੋਹਣਾ ਸ਼ਾਬਾਨ ਆਇਆ ਇਹ ਕਰਨ ਐਲਾਨ ਆਇਆ ਸੋਹਣਾ ਸ਼ਾਬਾਨ ਕਿਹੜਾ ਐਲਾਨ ਇਹ ਕਰਨ ਐਲਾਨ ਆਇਆ ਇਸਮਤ ਦੀ ਰੈਲੂ ਤੇ ਪੰਜਵਾਂ ਕੁਰਾਨ ਆਇਆ ਤੁਹਾਡੀ ਹੈ ਯਾਤੀ ਦਰਾਮ ਦਰੂਦ ਪੜ੍ਹਦੇ ਵਾਲੇ ਮੁਹੰਮਦ ਦੀ ਦਾਤ ਤੇ ਬਈ ਆਵਾਜ਼ ਵਾਲੀ ਮੇਰਾ ਠੀਕ ਕਸੀਦੇ ਪੜ੍ਹਨੇ ਢੇਰ ਮੇਰੇ ਕੋਲ ਬਈ ਪਹਿਲੇ ਨਾਤ ਸੁਣ ਲਓ ਬਈ ਇਜਾਜ਼ ਹੁਸੈਨ ਤੁਹਾਡੇ ਹੁਕਮ ਦੀ ਤਾਮੀਰ 'ਚ ਦੋ ਨਾਤਾਂ ਪੜ੍ਹਨੀਆਂ ਨੇ ਉਹ ਸੁਣ ਲਓ ਉਹਦੇ ਬਾਅਦ ਇੱਕ ਡੇਢ ਕਸੀਦਾ ਤੇ ਭਾਈ ਗੁਲਾਮ ਸ਼ਬੀਰ ਤਸ਼ਰੀਫ ਫਰਮਾਨ ਨੇ ਮੈਂਬਰ ਉਹਨਾਂ ਦੇ ਹਵਾਲੇ ਸਾਡੇ ਤੇ ਇਤਰਾਜ਼ ਹੁੰਦਾ ਹੈ ਅੱਛਾ ਇਹ ਮੈਂ ਪਿੱਛੇ ਦੀਆਂ ਗੱਲਾਂ ਨਾ ਕਾਗਜ਼ ਇਤਨੇ ਪੈਨ ਮੈਂ ਕਿਹੜਾ ਕਿਹੜਾ ਪੜ੍ਹ ਸਾਂ ਸਾਡੇ ਦੀ ਇਤਰਾਜ਼ ਹੁੰਦਾ ਤੁਹਾਡੀ ਹੁਕਮ ਦਿੱਤਾ ਮੇਰੀ ਸਿੱਖ ਕਸੀਦਾ ਜਿਹੜਾ ਪਿਛਲੇ ਸਾਲ ਪੜ੍ਹਿਆ ਸੀ ਬਸ਼ੀਆ ਦੇ ਦਾਖਰਾਂ ਨੂੰ ਨਾ ਤਾਂ ਬੋਲੀ ਆਉਂਦੀਆਂ ਹੁੰਦਾ ਨਾ ਕੁਰਾਨ ਦੀ ਸੁਣ ਸਾਨੂੰ ਬਹੁ ਆਉਂਦੀਆਂ ਜਿਤਨੀਆਂ ਸਾਨੂੰ ਆਉਂਦੀਆਂ ਨੇ ਅਨੰਤ ਆਉਂਦੀਆਂ ਕਿਉਂ ਨਹੀਂ ਠੀਕ ਹੈ ਸਬੂਤ ਦੇਣਾ ਸਾਨੂੰ ਨਾ ਤਾਂ ਆਉਂਦੀਆਂ ਔਰ ਅਸੀਂ ਨਾ ਤਾਂ ਬੋਲਦੇ ਹਾਂ ਕੁਰਾਨ ਦੀ ਕਿਸਮ ਮੈਂ ਜਿਹੜਾ ਸਮਝਦੇ ਹੋ ਆਵਾਜ਼ ਨੂੰ ਜਾਂ ਸ਼ਾਇਰੀ ਨੂੰ ਮੈਂ ਜਿਗਰ ਮੈਂਬਰ ਤੇ ਰੱਖਣ ਲੱਗਾ ਠੀਕ ਹੈ ਸਲਵਾਤ ਪੜ੍ਹੋ ਤਾਂ ਮੈਂ ਨਾ ਸਰਕਾਰ ਦੀ ਸ਼ੁਰੂ ਕਰ ਦੇਵਾਂ ਜ਼ੁਲਫਾਂ ਮਦਨੀ ਦੀਆਂ ਓ ਜ਼ੁਲਫਾਂ ਮਦਨੀ ਦੀਆਂ ਇਹਨਾਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇਂ ਤੇ ਨਾਜ਼ਲ ਹੋਣੇ ਕੁਰਾਨ ਓ ਜ਼ੁਲਫਾਂ ਮਦਨੀ ਦੀਆਂ ਇਹਨਾਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇਂ ਤੇ ਹੋਂਦੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਨਾ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇਂ ਤੇ ਨਾਜ਼ਲ ਹੋਂਦੇ ਕੁਰਾਨ ਜ਼ੁਲਫਾਂ ਮਦਨੀ
ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਬਿਆਨ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਤੁਹਾਡੀ ਹਯਾਤੀ ਦਰਾ ਦੇਵੇ ਮੌਲਾ ਕਹਿਦਾ ਮੋਤਾ ਇਹਨਾਂ ਕਰੇ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਬਹੁਤ ਮਿਹਰਬਾਨੀ ਜੀ ਹਾਂ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਭਾਈ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਤੁਹਾਡੀ ਹਯਾਤੀ ਦਾ ਨਾਲ ਭਾਈਜਾਨ ਅਗਲੇ ਸ਼ੇਰ ਕਿਬਲਾ ਇੱਕ ਲਫ਼ਜ਼ ਦੇ ਗਿਲੀਆਂ ਕਿਆ ਹੈ ਤਵੱਜੋ ਹੈ ਭਾਈ ਲਫ਼ਜ਼ ਹੈ ਗਿਲੀਆਂ ਯਾਨੀ ਸਿੰਨੀਆਂ ਬੱਜੀਆਂ ਨੇ ਹੁਣ ਬਾਈ ਸ਼ੀਆ ਸੁਨੀ ਆਬਾਦ ਤਸ਼ਰੀਫ ਫਰਮਾਓ ਸਮਝ ਮੈਂ ਲਫ਼ਜ਼ ਦਾ ਮਾਨਾ ਕਰ ਛੱਡਿਆ ਗਿਲੀਆਂ ਸਿੰਨੀਆਂ ਭਿਜੀਆਂ ਹੋਈਆਂ ਹੁਣ ਵੇਖਣਾ ਸ਼ਾਇਰ ਨੇ ਇਸਤੇਮਾਲ ਕਿਹੜਾ ਸੋਹਣਾ ਕੀਤਾ ਗੱਲ ਗਿਰ ਪਿਆ ਦਾ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਕਿਆ ਬਾਤ ਹੈ ਮੈਂ ਨੌਕਰ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ ਨੇ ਤੇ ਨਾਜ਼ਲ ਹੋਵੇ ਕੁਰਾਨ ਜ਼ੁਲਫਾਂ ਮਦਨੀ ਦੀਆਂ ਮੈਂ ਨੌਕਰ ਜ਼ੁਲਫਾਂ ਮਦਨੀ ਦੀਆਂ ਜ਼ੁਲਫਾਂ ਤੁਮੇ ਕੁਰਬਾਨ ਬਾਬਾ ਖੁੱਲ ਜਾਵੇ
ਸਾਡੀ ਜਵਾਨੀ ਹੈ। ਬਹੁਤ ਮਿਹਰਬਾਨੀ, ਦਰੂਦ ਪੜ ਦੋ ਆਲੇ ਮੁਹੰਮਦ ਦੇ। ਬਹੁਤ ਮਿਹਰਬਾਨੀ, ਸ਼ੁਕਰੀਆ। ਨਹੀਂ ਚੇਂਦੇ, ਨਹੀਂ ਚੇਂਦੇ, ਨਹੀਂ ਚੇਂਦੇ।